ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9th ਕਲਾਸ ਦੀ ਮੈਥ ਦੀ ਬੁੱਕ ਦਾ ਚੈਪਟਰ ਨੰਬਰ 2 ਪੋਲੀਨੋਮੀਅਲਸ ਐਕਸਰਸਾਈਜ਼ 2.3 ਕੁਐਸਚਨ ਨੰਬਰ 5 ਇਹਦਾ ਪਾਰਟ 2 ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ ਇਸ ਕੁਐਸਚਨ ਨੂੰ ਬੱਚਿਓ ਅਸੀਂ 4 ਮੈਥਡਸ ਦੇ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਉਨ ਕਰ ਲਓ ਪਰ ਬਾਅਦ ਵਿੱਚੋਂ ਇਸ ਕੁਐਸਚਨ ਨੂੰ 4 ਮੈਥਡਸ ਦੇ ਰਾਹੀਂ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਹ ਹੈ ਬੱਚਿਓ ਇਹਦਾ ਪ੍ਰਿੰਸੀਪਲ ਹੈਗਾ ਸਿਧਾਂਤ ਜਿਹੜਾ ਹੈ ਅਸੀਂ ਯੂਜ਼ ਕਰਾਂਗੇ ਤੇ ਤੁਸੀਂ ਇਹਨੂੰ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਇਹਨੂੰ ਆਪਣਾ ਲਿਖ ਕੇ ਕਾਗਜ਼ ਤੇ ਇੱਕ ਪਾਸੇ ਵੱਡਾ ਵੱਡਾ ਲਿਖ ਲਓ ਤੇ ਇਹਨੂੰ ਚੰਗੀ ਤਰ੍ਹਾਂ ਮੈਮੋਰਾਇਜ਼ ਕਰ ਲਓ ਸਮਝ ਲਵੋ ਥਿਆ ਗੱਲ ਮੇ ਜੜੀ ਹੈ ਪਿਛਲੇ ਵੀਡੀਓ ਚ ਹੀ ਦੱਸੀ ਸੀ ਤੇ ਇੱਥੇ ਮੈਂ ਫਿਰ ਦੁਹਰਾ ਦਿੱਤੀ ਹੈਗੀ ਹੈ ਕਿ ਅਗਰ ਕੋਈ a ਰੀਅਲ ਨੰਬਰ ਹੈਗਾ ਤੇ ਉਹਨੂੰ ਪੋਲੀਨੋਮੀਅਲ px ਵਿੱਚ ਪਾਈਏ p 0 ਆ ਜਾਏ ਤੇ ਇਹਦਾ ਲੁਕੀ x a ਜਿਹੜਾ ਹੈ a ਦਾ ਮਾਈਨਸ a ਹੋ ਜਾਏਗਾ ਉਹ ਫੈਕਟਰ ਹੈਗਾ ਤੇ ਜੇ -a ਨੂੰ ਪਾਈਏ p ਦੇ ਵਿੱਚ ਜੋ ਜ਼ੀਰੋ ਆ ਜੇ ਤੇ ਉਹਨਾਂ ਕੀ x+a ਜਿਹੜਾ ਹੈਗਾ ਉਹ px ਦਾ ਫੈਕਟਰ ਹੈ। ਸੋ ਇਹ ਗੱਲ ਬੜੀ ਮਹੱਤਵਪੂਰਨ ਹੈ। fੈਕਟਰ ਥਿਊਰਮ ਦਾ ਜਿਹੜਾ ਹੈਗਾ ਉਹਦਾ ਕਨਕਲੂਜਨ ਹੈ। ਸੌ ਕਰੀਏ ਉਹਨਾਂ ਸਵਾਲ। ਤੇ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 9th ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ। ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈਗੀ 9th ਮੈਥ ਨੋਟਸ, ਇੱਕ ਹੈਗੀ ਨੌਵੀਂ ਗਣਿਤ ਪੰਜਾਬੀ ਮੀਡੀਅਮ ਦੇ ਵਿੱਚ, ਫਿਰ ਇੱਕ ਹੈਗੀ 9th ਇੰਗਲਿਸ਼ ਐਮਸੀਬੀ, ਇੱਕ ਹੈਗੀ 9th ਇੰਗਲਿਸ਼ ਲਿਟਰੇਚਰ, ਇੱਕ ਹੈਗੀ 9th ਗ੍ਰਾਮ ਇੱਕ ਹੈਗੀ ਨਾਇਨ ਸਾਇੰਸ ਇੱਕ ਹੈਗੀ ਮੈਥ ਕਨਸੈਪਟਸ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਹੈਗੀ ਗਣਿਤ ਦੇ ਸਿਧਾਂਤ ਸੋ ਦੇਖਿਓ ਬੱਚੋ ਹੁਣ ਐਵਲਾ ਕੁਐਸਚਨ ਕਹਿੰਦੇ ਫੈਕਟੋਰਾਇਜ਼ x³ 3x² 9x 5 ਹੁਣ ਬੱਚੋ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਈ ਵਾਰ ਕੀ ਹੁੰਦਾ ਹੈ ਕਿ ਇਕੁਏਸ਼ਨ ਨੂੰ ਬੜੇ ਧਿਆਨ ਨਾਲ ਪੋਲੀਨੋਮੀਅਲ ਨੂੰ ਬੜੇ ਧਿਆਨ ਦੇ ਨਾਲ ਦੇਖੋ ਤੇ ਦੇਖੋ ਕਿੱਥੇ ਤੁਸੀਂ ਕੋਈ ਜੋੜ ਤੋੜ ਉਹਨੂੰ ਮਿਲ ਕੇ ਰੀਗਰੂਪਿੰਗ ਜਿਹੜੀ ਹੈ ਉਹ ਕਰ ਸਕਦੇ ਹੋ ਸੋ ਬੱਚਿਓ ਮੈਂ ਪੀ ਐਕਸ ਇਕੁਅਲ ਟੂ ਤਾਂ ਲਿਖ ਲਿਆ ਠੀਕ ਹੈ ਤੇ ਹੁਣ ਮੈਂ ਇਹਨੂੰ ਕਰਕੇ ਦਿਖਦਾ ਕੀ ਹੈ ਇੱਥੇ 5 ਹੈਗਾ ਨਾ ਤੇ ਮੈਂ ਇੱਥੇ 5 ਲੈ ਆਵਾਂਗਾ ਦੇਖੋ ਐਵੇਂ ਕੀ ਕਰ ਦਿੱਤਾ ਐਕਸ 큐ਬ ਮਾਈਨਸ 3 ਐਕਸ ਸਕੁਅਰ ਤੇ ਮਾਈਨਸ 9 ਐਕਸ ਨੂੰ ਮੈਂ ਲਿਖ ਦਿੱਤਾ ਮਾਈਨਸ 4 ਐਕਸ ਤੇ ਮਾਈਨਸ 5 ਐਕਸ ਤੇ ਮਾਈਨਸ 5 ਹੁਣ ਤੇ ਹੀ 5 ਆ ਗਿਆ ਇੱਥੇ 5 ਆ ਕੇ ਕਾਮਨ ਆ ਗਿਆ ਹੁਣ ਇੱਥੇ ਆ ਗਿਆ ਬੱਚਿਓ ਮਾਈਨਸ 4 ਐਕਸ ਇੱਥੇ ਆ ਗਿਆ ਮਾਈਨਸ 3 ਐਕਸ ਸਕੁਅਰ ਤੇ ਮੈਂ ਇੱਥੇ 4 ਲੈਣ ਲਈ ਕੀ ਕਰ ਸਕਦਾ ਮੈਂ ਇਕ ਜਮਾ ਇਹ ਕਰ ਸਕਦਾ ਸੋ ਮੈਂ ਕੀ ਕਰਦਾ ਸਾਦਾ -3x2 ਨੂੰ ਮੈਂ ਲਿਖ ਦਿੱਤਾ +x2 -4x2 ਹੁਣ ਦੇਖੋ ਬੱਚਿਓ ਮੇਰਾ ਕੰਮ ਬੜਾ ਸੌਖਾ ਹੋ ਗਿਆ ਇਹ ਚੀਜ਼ ਬੱਚਿਓ ਪ੍ਰੈਕਟਿਸ ਦੇ ਨਾਲ ਹੀ ਆਏਗੀ ਠੀਕ ਹੈ ਕਰ ਕਰਕੇ ਸੋ ਪਿਛਲਾ ਸਵਾਲ ਵੀ ਇਦਾਂ ਕੀਤਾ ਸੀਗਾ ਤੇ ਇਹ ਵੀ ਮੈਂ ਇਦਾਂ ਕਰ ਰਿਹਾ ਆ ਦੇਖੋ ਮੈਂ 9x2 ਬ੍ਰੇਕ ਕਰਤਾ -4x ਤੇ -5x ਦੇ ਵਿੱਚ ਤੇ ਜਿਹੜਾ -3x2 ਸੀਗਾ ਇਹਨੂੰ ਮੈਂ ਬ੍ਰੇਕਅਪ ਕਰਤਾ +1 ਤੇ -4 ਦੇ ਵਿੱਚ ਹੁਣ ਬੱਚਿਓ ਦੇਖੋ ਇਹਦੇ ਵਿੱਚ 5 ਕਾਮਨ ਆ ਗਿਆ ਇੱਥੇ 4 ਦੇ ਵਿੱਚ 4 ਕਾਮਨ ਆ ਗਿਆ x ਵੀ ਕਾਮਨ ਆ ਗਿਆ ਇੱਥੇ ਵੀ ਮਾਈਨਸ ਹੈ ਨਾ ਇੱਥੇ ਮਾਈਨਸ ਹੈ ਇੱਥੇ ਵੀ ਮਾਈਨਸ ਹੈ ਇੱਥੇ ਮਾਈਨਸ ਹੈ ਹੁਣ ਇੱਥੇ ਪਲੱਸ ਹੈ ਤੇ ਇੱਥੇ ਪਲੱਸ ਹੈ ਜਦੋਂ ਮਾਈਨਸ ਹੈ ਤਾਂ ਕਾਮਨ ਆਏਗਾ ਤੇ ਅੰਦਰ ਪਲੱਸ ਆ ਜਾਏਗਾ ਜਿੱਥੋਂ ਇਹ ਦੋਨਾਂ ਵਿੱਚੋਂ ਮਾਈਨਸ ਬਾਹਰ ਆਏਗਾ ਤੇ ਪਲੱਸ ਆ ਜਾਏਗਾ ਹੁਣ ਦੇਖੋ ਬੱਚਿਓ x³ ਜਮਾ x² ਦੇ ਵਿੱਚ x² ਕਾਮਨ ਹੈ x² ਨੂੰ ਕਾਮਨ ਲੈ ਲੈ ਬਾਹਰ ਲੈ ਆ ਇੱਥੇ ਇਕੱਲਾ ਬਚ ਗਿਆ x ਤੇ ਜਮਾ ਇੱਥੇ x² ਚੱਕਿਆ ਗਿਆ ਤੇ ਇੱਥੇ 1 ਆ ਗਿਆ ਇਹ ਬ੍ਰੈਕਟ ਬੰਦ 4x² ਤੇ 4x ਵਿੱਚ 4x ਕਾਮਨ ਹੈਗਾ 4x ਲੈ ਲਿਆ ਬਾਹਰ ਸੋ ਮਾਈਨਸ ਬਾਹਰ ਲਿਆ ਨਾ ਤੇ ਇੱਥੇ ਇਕੱਲਾ x ਰਹਿ ਜਾਏਗਾ ਤੇ ਇੱਥੇ ਜਮ੍ਹਾਂ ਹੋ ਜਾਏਗਾ ਕਿਉਂਕਿ ਮਾਈਨਸ ਬਾਹਰ ਲਿਆ ਤੇ ਜਮ੍ਹਾਂ 1 ਆ ਗਿਆ ਲੋ ਜੀ ਇਹ ਹੋ ਗਿਆ ਹੁਣ ਮਾਈਨਸ 5 ਕਾਮਨ ਲਿਆ ਤੇ ਇੱਥੇ x ਜਮ੍ਹਾਂ 1 ਹੋ ਗਿਆ ਹੁਣ ਬੱਚਾ ਦੇਖੋ ਇਸ ਟਰਮ ਦੇ ਵਿੱਚ ਵੀ x 1 ਕਾਮਨ ਆ ਗਿਆ ਇਸ ਟਰਮ ਦੇ ਵਿੱਚ ਵੀ x 1 ਕਾਮਨ ਆ ਗਿਆ ਤੇ ਇਸ ਟਰਮ ਦੇ ਵਿੱਚ ਵੀ x 1 ਕਾਮਨ ਆ ਗਿਆ ਸੋ x 1 x 1 x 1 ਮੈਂ ਬਾਹਰ ਕਾਮਨ ਲੈ ਲਿਆ ਤੇ ਬ੍ਰੈਕਟ ਪਾਇਆ ਤੇ ਇੱਥੇ ਕੀ ਬਚਿਆ x² -4x ਤੇ -5 ਹੁਣ ਬੱਚਿਓ ਇਹ ਦੇਖੋ x² 4x minus 5 ਹੈ ਕਿ ਹੈਗਾ ਕੁਆਡਰੈਟਿਕ ਪੋਲੀਨੋਮੀਅਲ ਤੇ ਇਹਨੂੰ ਤੇ ਫੈਕਟਰਾਇਜ਼ ਕਰਨਾ ਬੜਾ ਸੌਖਾ ਹੈ ਤੇ ਸਾਨੂੰ ਪਤਾ ਵੀ ਹੈਗਾ ਤੇ ਪਿਛਲੀ ਐਕਸਰਸਾਈਜ਼ਿਜ਼ ਵਿੱਚ ਕਰ ਵੀ ਚੁੱਕੇ ਆਂ ਆਪਾਂ ਠੀਕ ਹੈ ਨਾ ਸੋ ਇਹਨੂੰ ਕਿੱਦਾਂ ਕਰਨਾ ਹੈ ਬੱਚਿਓ ਇਹ ਦੇਖੋ ਅਸੀਂ ਇਹਨੂੰ ਇਹਦੇ ਫੈਕਟਰ ਕਰਾਂਗੇ ਤੇਰੇ ਦੋ ਹੀ ਫੈਕਟਰ ਬੰਦੇ ਨੇ 5 ਦੇ 1 ਔਰ 5 ਤੇ ਅਸੀਂ ਉਹ 1 ਔਰ 5 ਅਸੀਂ 5 1 4 ਹੁੰਦਾ ਹੈ ਸੋ ਲਓ ਜੀ ਮੈਂ ਕੀ ਕੀਤਾ -4x ਨੂੰ ਲਿਖ ਲਿਆ -5x 4 x ਮਲੀ ਪਲੱਸ 1 ਨਾਲ ਸੋ -5 +1 ਕਿਹਦੇ ਬਰਾਬਰ ਹੁੰਦਾ -4 ਦੇ ਬਰਾਬਰ ਠੀਕ ਹੁੰਦਾ ਤੇ -5 1 ਕਿਹਦੇ ਬਰਾਬਰ ਹੁੰਦਾ -5 ਸੋ ਇੱਥੋਂ ਦੀ ਮੈਂ ਐਵੇਂ ਰੂਪ ਚ ਲਿਖ ਲਿਆ ਕੋਈ ਫਰਕ ਨਹੀਂ ਪਿਆ ਇਹਨੂੰ ਜਿਹੜਾ ਇਹਦਾ ਪ੍ਰੋਡਕਟ ਹੈਗਾ ਇਹਦੇ ਦੋ ਫੈਕਟਰਸ ਲੈਣੇ ਨੇ ਇਸ ਢੰਗ ਦੇ ਨਾਲ ਕਿ ਉਹ ਜਮਾ ਘਟਾ ਕਰਕੇ ਇਹ ਮੈਨੂੰ ਐ ਚੀਜ਼ ਮਿਲ ਜਾਵੇ ਠੀਕ ਹੈ ਐਸੀ ਕਰ ਚੁੱਕੇ ਆ ਪਹਿਲੇ ਤਾਂ ਮੈਂ ਇੱਥੇ ਡਿਟੇਲ ਦੇ ਨਾਲ ਨਹੀਂ ਕਰ ਰਿਹਾ ਇਹ ਪਹਿਲੇ ਅਸੀਂ ਉਹਦੇ ਵਿੱਚ 8th ਕਲਾਸ ਵਿੱਚ ਵੀ ਕਰ ਸੁੱਕੇ ਆ ਤੇ 9th ਵਿੱਚ ਵੀ ਅਸੀਂ ਕਰ ਚੁੱਕੇ ਆ ਠੀਕ ਹੈ ਹੁਣ ਬੱਚਿਓ ਇਹ ਦੇਖੋ ਇਹ ਦੋਨੋਂ ਟਰਮ ਵਿੱਚ x ਕਾਮਨ ਲੈ ਲਿਆ ਸੋ ਇੱਥੇ ਹੋ ਗਿਆ x 5 ਤੇ ਪਲੱਸ ਇੱਥੇ ਗੂਰ x 5 ਆ ਗਈ ਇਹ ਇੱਥੇ 1 ਕਾਮਨ ਆਇਆ ਸੋ x 5 ਹੁਣ x 1 ਦੇ ਰਹੇਗਾ x 1 ਦੇ ਰਹੇਗਾ ਹੁਣ x 5 ਕਾਮਨ ਲੈ ਲਿਆ ਠੀਕ ਹੈ ਤੇ ਇੱਥੇ ਕੀ ਬਚਿਆ x ਤੇ 1 x 1 ਤੇ ਨੂੰ ਰੀਅਰੇਂਜ ਕਰ ਦਿੱਤਾ ਪਹਿਲੇ x 5 ਲਿਖ ਦਿੱਤਾ ਸਭ ਤੋਂ ਛੋਟਾ ਜਿਹੜਾ ਹੈਗਾ ਫੈਕਟਰ ਫਿਰ x 1 ਤੇ x 1 ਸੋ ਆ ਬੱਚਿਓ ਇੱਥੇ ਤਰੀਕਾ ਸੀਗਾ ਇਹ ਵਾਲਾ ਸਾਡਾ ਠੀਕ ਹੈ ਅੱਗੇ ਚਲੀਏ ਹੁਣ ਸੈਕੰਡ ਮੈਥਡ ਸੈਕੰਡ ਮੈਥਡ ਇਸ ਬੱਚੇ ਅਸੀਂ ਕਰਾਂਗੇ ਹਿੱਟ ਐਂਡ ਟ੍ਰਾਇਲ ਮੈਥਡ ਉਹਦੇ ਲਈ ਕੀ ਕਰੀਦਾ ਦੀ ਕਨਸਟੈਂਟ ਟਰਮ ਲੈ ਲਈਏ ਕਨਸਟੈਂਟ ਟਰਮ ਹੁੰਦੀ ਹੈ ਉਹਨੂੰ ਅਸੀਂ ਉਹਦੇ ਫੈਕਟਰ ਬਣਾਉਣੇ ਆ ਤੇ ਕਿਊਬਿਕ ਇਕੁਏਸ਼ਨ ਦੇ ਵਿੱਚ ਪਲੱਸ ਸਾਈਨ ਵੀ ਲਿਆ ਜਾਂਦਾ ਹੈ ਮਾਈਨਸ ਸਾਈਨ ਵੀ ਲਿਆ ਜਾਂਦਾ ਹੈ ਕੁਆਡਰੈਟਿਕ ਇਕੁਏਸ਼ਨ ਜਦੋਂ ਅਸੀਂ ਕਨਸਟੈਂਟ ਹੁੰਦੇ ਫੈਕਟਰ ਲੈਣੇ ਆ ਫਿਰ ਅਸੀਂ ਮਾਈਨਸ ਸਾਈਨ ਹੀ ਲਗਾਉਂਦੇ ਜੋ ਸਾਈਨ ਹੁੰਦਾ ਸਾਨੂੰ ਮਿਲਿਆ ਹੁੰਦਾ ਉਹੀ ਲਗਾਉਣੇ ਆ ਠੀਕ ਹੈ ਸੋ ਪਲੱਸ ਮਾਈਨਸ 1 ਪਲੱਸ ਮਾਈਨਸ 5 ਠੀਕ ਹੈ ਹੁਣ ਅਸੀਂ ਬੱਚੇ ਹਿੱਟ ਐਂਡ ਟ੍ਰਾਇਲ ਕਰਕੇ ਦਿਖਾਂਗੇ ਇੱਕ ਵ

ਸੋ so, x plus 1 is a factor of ax ਤੇ ਬੱਚੇ ਹੁਣ ਮੈਂ ਕੀ ਕੀਤਾ ਹੁਣ ਮੈਂ ਉਹੀ ਜਿਹੜਾ ਪਹਿਲੇ ਕੀਤਾ ਸੀਗਾ ਪਹਿਲੇ ਤੇ ਮੈਂ ਆਪਣਾ ਇਹ ਵਾਲਾ ਉਹ ਨਹੀਂ ਕੀਤਾ ਸੀਗਾ ਮਤਲਬ ਕਿ ਹਿਟ ਐਂਡ ਟਰਾਇਲ ਨਹੀਂ ਕੀਤਾ ਸੀਗਾ ਮੈਂ ਸਿਰਫ ਦੇਖ ਕੇ ਹੀ ਫੈਕਟਰ ਕਰ ਦਿੱਤੇ ਸੀਗੇ ਪਰ ਕਈ ਵਾਰ ਦੇਖ ਕੇ ਫੈਕਟਰ ਨਹੀਂ ਹੁੰਦੇ ਸੋ ਮੈਂ ਕੀ ਕੀਤਾ ਹੁਣ ਮੈਨੂੰ ਪਤਾ x 1 ਫੈਕਟਰ ਆ ਗਿਆ ਤੇ ਇਹਨੂੰ ਮੈਂ ਸਟੈਪ ਬਾਈ ਸਟੈਪ ਅਰੇਂਜ ਕਰਾਂਗਾ ਸੋ ਮੈਂ ਇੱਥੇ ਲਿਖਿਆ x2 ਕਿਉਂਕਿ ਮੈਨੂੰ x ਚਾਹੀਦਾ ਨਾ ਇੱਥੇ ਤੇ ਮੈਂ x² ਬਾਹਰ ਕਰ ਲਿਆ ਤੇ ਇੱਥੇ x ਲਿਖਿਆ ਤੇ +1 ਆਪਣੇ ਨੂੰ ਲਿਖ ਦਿੱਤਾ ਹੁਣ ਮੈਂ ਆਪਣੇ ਵਿੱਚ ਦਿਮਾਗ ਵਿੱਚ ਚਲਾਣਾ ਹੈ ਕਿ ਜੇ ਜੇ ਮੈਂ ਬ੍ਰੈਕਟ ਖੋਲ ਲਾਂਗਾ ਤੇ ਮੇਰੇ ਕੋਲ ਜਮਾ x² ਆ ਜਾਏਗਾ ਤੇ ਜੇ ਜਮਾ x² ਮੈਂ ਆਪਣੇ ਨੂੰ ਵਾਧੂ ਲਿਖਿਆ ਤੇ ਜਮਾ x² ਲਿਆ ਤੇ ਫਿਰ ਮੈਨੂੰ x² ਘਟਾਉਣਾ ਵੀ ਪਏਗਾ ਤੇ ਜਦੋਂ ਮੈਂ -3x² ਦੇ ਵਿੱਚ ਇੱਕ -x² ਘਟਾ ਜਮਾ ਕੇ ਕੁਝ ਘਟਾਇਆ ਤੇ ਕੀ ਬਣ ਗਿਆ -4x² ਹੋ ਗਿਆ ਕਿਉਂਕਿ ਇੱਥੇ ਜਮਾ 1 ਮੈਂ ਲਿਖਿਆ ਜਦੋਂ ਖੋਲਾਂਗੇ ਜਮਾ x2 4x2 ਤੇ -3x2 ਆ ਜਾਏਗਾ ਕਿਉਂਕਿ ਇੱਥੇ ਮੈਂ ਜਮਾ 1 ਆਪਣੇ ਨੂੰ ਲਿਖਿਆ ਹੈ ਮੈਂ ਕਿਉਂਕਿ ਫੈਕਟਰੀਜ਼ੇਸ਼ਨ ਕਰ ਰਿਹਾ ਹਾਂ ਸੋ x2 x ਜਮਾ 1 ਲਿਖਿਆ ਤੇ ਮੈਂ ਆਪਣੇ ਦਿਮਾਗ ਵੀ ਸੋਚਣਾ ਹੈ ਕਿ ਜਦ ਲਈ ਬ੍ਰੈਕਟ ਖੋਲ ਲਾਂਗਾ ਤੇ ਜਮਾ x2 ਇੱਕ ਫालतू ਬਣ ਰਿਹਾ ਤੇ ਫਿਰ ਜਮਾ ਤੇ ਮੈਂ ਘਟਾ ਆਪਣੇ ਨੂੰ ਕਰਾਂਗਾ ਸੋ -3x2 ਤੇ -4x2 ਬਣ ਜਾਏਗਾ ਤੇ ਮੈਂ ਅੱਗੇ ਇਹਨੂੰ ਮੈਂ ਇੱਥੇ ਲਿਖ ਦਿੱਤਾ ਹੁਣ ਮੈਂ ਇਸ ਪਾਸੇ ਆਵਾਂਗਾ ਇਹ ਵਾਲਾ ਪਾਸਾ ਮੇਰਾ ਇੱਕ ਹੋ ਗਿਆ ਹੁਣ ਦੂਜੀ ਟਰਮਸ ਦੇਖਾਂਗਾ ਹੁਣ ਮੈਂ ਬੱਚੋ ਮੈਨੂੰ ਇੱਥੇ x² ਦੇ ਅੰਦਰ سوچਾ 4x ਵਰ ਕਰ ਲਿਆ so -4x ਤੇ ਮੈਂ ਲਿਖਿਆ x 1 ਹੁਣ ਜਦੋਂ ਮੈਂ ਬ੍ਰੈਕਟ ਖੋਲ ਲਾਂਗਾ ਤੇ -4x 1 ਕਿੰਨਾ ਹੋ ਜਾਏਗਾ -4x ਇਹਦਾ ਮਤਲਬ ਹੋਇਆ ਕਿ -9x ਵਿੱਚੋਂ ਮੈਂ मैं मैं -4x ਪਹਿਲਾਂ ਹੀ ਕੱਢ ਲਿਆ ਉਹ ਇੱਥੇ ਆ ਗਿਆ ਤੇ ਇੱਥੇ ਕੀ ਬਚ ਗਿਆ -5x ਤੇ -5 ਲੋਜੀ ਮੇਰਾ ਕੰਮ ਸੌਖਾ ਹੋ ਗਿਆ ਹੁਣ x² x 1 4 ਤੇ ਇੱਥੇ ਮੈਂ -5 ਬਾਹਰ ਲੈ ਲਿਆ ਤੇ x 1 ਕਿਆ ਬਣ ਗਿਆ ਬੱਚਿਓ x 1 ਇਹ ਕਮਨ ਲੈ ਲਿਆ ਤੇ ਫਿਰ x² 4x 5 ਤੇ ਅਗਲਾ ਸਟੈਪ ਉਦਾਂ ਹੀ ਹੈ ਜਿਹੜਾ ਅਸੀਂ ਪਹਿਲੇ ਕੀਤਾ ਸੀਗਾ ਇਹ ਬਣ ਗਿਆ ਸਾਡਾ ਕੁਆਡਰੈਟਿਕ ਪੋਲੀਨੋਮੀਅਲ ਤੇ -4x ਨੂੰ ਲਿਖ ਲਿਆ -5x x ਤੇ -5 ਇਥੇ ਫੇ ਇਨੂੰ ਜਿਹੜਾ ਫੈਕਟਰਾਇਜ਼ ਕੀਤਾ x x 5 x 5 x 5 ਕਮਨ ਆਇਆ x 1 ਕਿਆ ਮੇਰੇ ਫੈਕਟਰ ਬਣ ਗਏ x 5 x 1 x 1 ਹੁਣ ਦੇਖੀਏ ਥਰਡ ਮੈਥਡ ਥਰਡ ਮੈਥਡ ਆ ਗਿਆ ਬੱਚੋ ਲੋਗ ਡਿਵੀਜ਼ਨ ਮੈਥ ਹੈਵੀ ਇਦੀ ਸ਼ੁਰੂਆਤ ਕੀਤੀ ਜਾਂਦੀ ਹੈ ਪਹਿਲੇ ਇਹਦੇ ਫੈਕਟਰ ਕੱਢੇ ਜਾਂਦੇ ਨੇ ਫਿਰ ਹਿੱਟ ਐਂਡ ਟ੍ਰਾਇਲ ਦੇ ਨਾਲ ਅਸੀਂ ਦੇਖਦੇ ਹਾਂ ਮੈਂ ਦੇਖਿਆ -1 ਕਰਕੇ ਮੈਨੂੰ 0 ਮਿਲ ਜਾਂਦਾ ਸੋ -1 ਦੀ ਜਿਹੜੀ ਵੈਲਿਊ ਪਾਈ 0 ਆ ਗਿਆ 댓 ਇਜ਼ x+1 ਇਜ਼ ਅ ਫੈਕਟਰ ਆਫ px ਤੇ ਹੁਣ ਅਸੀਂ ਕੀ ਕਰਾਂਗੇ x+1 ਦੇ ਨਾਲ ਇਹਨੂੰ ਡਿਵਾਈਡ ਕਰਾਂਗੇ ਸੋ ਨਾਓ ਡਿਵਾਈਡਿੰਗ px by x+1 ਸੋ ਬੱਚੋ 댓 ਇਜ਼ x+1 ਇਜ਼ ਅ ਫੈਕਟਰ ਆਫ px now dividing px by x+1 we have so x^3 3x^2 9x 5 divided by x+1 is equal to a agaya so ae bacho kidda divide karna hai itthe likh liya division de sign de vich paake itthe x+1 hai itthe x^3 haga te x^3 lene layi mainu x nu x^2 na guna karna phera x^2 na guna kita so x^3 jama x^2 x^3 de naal x^3 kat gaya so minus te minus minus 3 te minus 1 kinna hoga minus 4x^2 te minus 9x ਹੁਣ ਬੱਚਿਓ -4x² ਲਿਆਣ ਲਈ ਮੈਨੂੰ ਇਹਨੂੰ -4x ਨਾਲ ਗੁਣਾ ਕਰਨਾ ਪਿਆ ਸੋ -4x ਸੋ -4x² ਤੇ -4 x ਠੀਕ ਹੈ ਹੁਣ ਸਾਈਨ ਚੇਂਜ ਹੋਣ ਕਰਕੇ ਇਹ ਥੱਲੇ ਵਾਲੇ ਨੂੰ ਘਟਾਣਾ ਸੋ ਇਹ ਕੱਟ ਗਿਆ ਦੋਨੋਂ ਤੇ ਇੱਥੇ ਪਲੱਸ ਹੋ ਜਾਏਗਾ ਸੋ -9x 4x 5x ਇਹ -5 ਥੱਲੇ ਲਿਆ ਹੁਣ ਮੈਨੂੰ ਚਾਹੀਦਾ -5x ਸੋ 5x -5x ਲੈਣ ਲਈ ਮੈਨੂੰ x ਨੂੰ -5 ਨਾਲ ਗੁਣਾ ਕਰਨਾ ਪਏਗਾ ਸੋ -5x -5 ਸੋ -5x -5 ਚੋਂ so, -x -5 ਦਾ 0 ਇਹ ਲੋਕਿ ਪੂਰੀ ਤਰ੍ਹਾਂ ਭਾਗ ਹੋ ਗਿਆ ਸੋ ਬੱਚਿਓ ਇਹ ਫਿਰ ਜਿਲੇ ਇਹ ਜਿਲੇ ਇਦਾਂ ਇਹਨੂੰ ਲਿਖਾਂਗੇ ਇਹ ਦੇ ਬਰਾਬਰ ਹੁੰਦਾ ਹੈ ਤੇ ਇਹਦਾ ਮਤਲਬ ਕੀ ਹੋਇਆ ਔਰ ਇਹਦਾ ਕੀ px ਦੇ ਬਰਾਬਰ ਆ ਇਹਨੂੰ ਕੀ ਇਹ ਅੰਦਰਲੀ ਚੀਜ਼ ਹੈਗੀ ਹੈ ਜਿਹੜੀ ਚੀਜ਼ ਹੈ ਇਹ ਕਿ ਇਹ ਦੇ ਬਰਾਬਰ ਹੈ x 1 ਦਿਸ ਸੋ px x, x 1 ਇੰਟੂ ਇਹਦਾ ਸਾਡੇ ਕੋਲ ਆਇਆ ਹੁਣ ਉਹੀ ਚੀਜ਼ ਆ ਗਈ ਬੱਚਿਓ ਜੋ ਪਹਿਲੇ ਕਿੱਦਾਂ ਕੀਤੀ ਸੀ ਸੋ x 1 ਇੱਧੇ ਲਿਖੀ ਜਾਣਾ ਤੇ x² 4x 5 ਐਸੀ ਪਹਿਲੇ ਕਰ ਚੁੱਕੇ ਹਾਂ ਕੁਆਡਰੈਟਿਕ ਪੋਲੀਨੋਮੀਅਲ ਜਿੱਦਾਂ ਪਹਿਲੇ ਦੋ ਮੈਥਡ ਵਿੱਚ ਕੀਤਾ ਤੇ ਇਸੇ ਤਰ੍ਹਾਂ ਇਹਨੂੰ ਇੱਧਰ ਲਿਖ ਦੇਣਾ ਤੇ ਸਾਡੇ ਫੈਕਟਰ ਬਣ ਗਏ ਆ ਹੁਣ ਆਖਰੀ ਮੈਥਡ ਪਰ ਆਖਰੀ ਮੈਥਡ ਬੱਚਿਓ ਇਹ ਪੇਪਰ ਵਿੱਚ ਕਰਨ ਲਈ ਇਹ ਨਹੀਂ ਹੈ ਇਹ ਤੁਹਾਡੀ ਦਿਮਾਗੀ ਕਸਰਤ ਲਈ ਹੈ ਇਹ ਜ਼ੁਬਾਨੀ ਕਰਨ ਲਈ ਹੈ ਇਹ ਵੈਰੀਫਿਕੇਸ਼ਨ ਲਈ ਹੈ ਤੇ ਮਲਟੀਪਲ ਚੁਆਇਸ ਕੁਐਸਚਨ ਅਗਰ ਆਣ ਤੇ ਜਿਹਦੇ ਵਿੱਚ ਛੇਤੀ ਛੇਤੀ ਲੱਭਣਾ ਤੇ ਕੁਇਕ ਮੈਥਡ ਜਿਹੜਾ ਹੈਗਾ ਇਹ ਸਿਰਫ ਨਿਸ਼ਾਨ ਲਾਣ ਲਈ ਜਦੋਂ ਚਾਰ ਜਵਾਬ ਦਿੱਤੇ ਹੋਣ ਤੇ ਸਹੀ ਜਵਾਬ ਦੇਖਣਾ ਹੈ ਤੇ ਫਟਾਫਟ ਆਈਡੀਆ ਲਗਾਣਾ ਹੈ ਕਿ ਕਯੂਬਿਕ ਇਕੁਏਸ਼ਨ ਦੇ ਕਿਹੜੇ ਫੈਕਟਰ ਹੋਣ ਕਯੂਬਿਕ ਪੋਲੀਨੋਮੀਅਲ ਦੇ ਕਿਹੜੇ ਫੈਕਟਰ ਹੋਣਗੇ ਤੇ ਉਹਦੇ ਵਿੱਚ ਕਰਨਾ ਹੈ ਫੈਕਟਰ ਬਣਾ ਲੈਣੇ ਨੇ ਇਹਦੇ ਬੱਚਿਓ ਜਿਹੜਾ ਕਨਸਟੈਂਟ ਟਰਮ ਹੈਗੀ ਹੈ 5 ਤੇ ਇਹਨੂੰ ਫਿਰ ਮਾਈਨਸ ਔਰ ਪਲੱਸ ਸਾਈਨ ਦੇ ਨਾਲ ਲਿਖ ਲੈਣਾ ਸੋ -1 1 -5 5 ਹੁਣ ਬੱਚਿਓ ਥੋੜੀ ਜੀ ਦਿਮਾਗੀ ਕਸਰਤ ਕਰਨੀ ਹੈ ਦਿਮਾਗੀ ਕਸਰਤ ਇਦਾਂ ਕਰਨੀ ਹੈ ਇਹਨਾਂ ਚੋਂ ਤਿੰਨ ਚੁਣਨੇ ਨੇ ਕਿਉਂਕਿ ਕਿਊਬਿਕ ਇਕੁਏਸ਼ਨ ਦੇ ਜਿਹੜੇ ਤਿੰਨ ਜ਼ੀਰੋਜ਼ ਹੋਣਗੇ ਠੀਕ ਹੈ ਸੋ ਤਿੰਨ ਐਸੇ ਚੁਣਨੇ ਨੇ ਜਿਨ੍ਹਾਂ ਨੂੰ ਗੁਣਾ ਕਰਕੇ ਮੈਨੂੰ -5 ਮਿਲੇ ਸੋ ਮੈਂ ਦੇਖਿਆ ਬੱਚੋ 1 1 -5 ਤੇ ਆ ਰਿਹਾ 1 ਤੇ ਸ਼ਰਤ ਹੈਗੀ ਹੈ ਦੂਜੀ ਸ਼ਰਤ ਕਿਹੜੀ ਪੂਰੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਜੋੜ ਕੇ ਜੋ x² ਦਾ ਕੋਫੀਸ਼ੀਐਂਟ ਹੈ ਉਹ ਮਿਲਣਾ ਚਾਹੀਦਾ ਹੋਗਾ -13 ਤੇ ਮੈਂ ਦੇਖਿਆ 1 1 ਤੇ ਜਮਾ ਜੇ -5 ਜੋੜੀਏ ਇਹਦੇ ਵਿੱਚ ਤੇ 1 1 2 ਤੇ 2/5 -3 ਇਹ ਆਰੇ ਕੋਫੀਸ਼ੀਐਂਟ ਆਫ x2 ਸੋ ਬੱਚਿਓ ਕਿਉਂ ਵੀ ਇਕੁਏਸ਼ਨ ਦੇ ਵਿੱਚ ਕੀ ਹੁੰਦਾ ਹੈ ਜਿਹੜੇ ਜ਼ੀਰੋਜ਼ ਹੁੰਦੇ ਨੇ ਉਹਨਾਂ ਦਾ ਪ੍ਰੋਡਕਟ ਜਿਹੜਾ ਹੁੰਦਾ ਹੈ ਉਹਨਾਂ ਦਾ ਪ੍ਰੋਡਕਟ ਹੁੰਦਾ ਹੈ ਉਹ ਕਨਸਟੈਂਟ ਟਰਮ ਦੇ ਬਰਾਬਰ ਹੁੰਦਾ ਹੈ ਤੇ ਉਹਨਾਂ ਦਾ ਜੋ ਸਮ ਹੁੰਦਾ ਹੈ ਉਹ x2 ਦੇ ਕੋਫੀਸ਼ੀਐਂਟ ਦੇ ਬਰਾਬਰ ਹੁੰਦਾ ਹੈ ਦੇਖੋ ਇਹ -3 ਹੈਗਾ ਤੇ ਜੋੜ ਕੇ -3 ਆ ਰਿਹਾ ਹੈ ਤੇ ਇੱਥੇ ਗੁਣਾ ਕਰਕੇ 1 1 ਇਨਟੂ -5 minus -5 ਆ ਰਿਹਾ ਸੋ ਬੱਚੋ ਜਿਹੜੇ ਸਾਡੇ ਆਏ ਇਹਨਾਂ ਨੂੰ ਇਦਾਂ ਹੀ ਲਿਖ ਦੇਣਾ 1 1 ਤੇ -5 ਸੋ ਇੱਥੇ ਬ੍ਰੈਕਟ ਵਿੱਚ ਮੈਂ ਐਸਾ ਐ ਤੇ ਸਿੱਧੇ ਇਹ ਨਾਲ ਲਿਖ ਦੇਣਾ ਸਿੱਧੇ ਇਹ ਲਿਖ ਦੇਣਾ ਐ ਤੇ ਮੈਂ ਤੁਹਾਨੂੰ ਸਮਝਾਉਣ ਲਈ ਲਿਖਿਆ ਵੀ ਦਾ ਬ੍ਰੈਕਟ ਬਾਹਰ ਤੇ ਜਮਾ 1 ਲਿਖਿਆ ਜਮਾ 1 ਲਿਖਿਆ ਤੇ -5 ਲਿਖਿਆ ਕਿਉਂ ਜਮਾ 1 ਜਮਾ 1 -5 ਬਸ ਫਿਰ ਇੱਥੇ x ਜਾਂ y ਜੋ ਵੀ ਜਿਹੜਾ ਵੇਰੀਏਬਲ ਚੱਲਦਾ ਪਿਆ ਉਹ ਲਿਖ ਲੈ ਇੱਥੇ x ਲਿਖ ਦਿੱਤਾ ਇੱਥੇ x ਲਿਖਤਾ ਇੱਥੇ x ਲਿਖ ਦਿੱਤਾ ਫਿਰ ਜੇ ਰੀ ਅਰੇਂਜ ਕਰਨਾ ਤੇ ਰੀ ਅਰੇਂਜ ਕਰ ਦਿਓ ਸੋ x -5 x 1 ਤੇ x+1 ਇਹ ਥਿੰਕ ਸਾਡੇ ਫੈਕਟਰ ਆ ਗਏ ਇਸ ਕਯੂਬਿਕ ਇਕੁਏਸ਼ਨ ਦੇ ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਬੜਾ ਹੀ ਇੰਟਰਸਟਿੰਗ ਕੁਐਸਚਨ ਹੈਗੇ ਨੇ ਤੇ ਬੜੇ ਹੀ ਇੰਟਰਸਟਿੰਗ ਅਤੇ ਰੋਚਕ ਜਿਹੜੇ ਇਹ ਮੈਥਡ ਹੈਗੇ ਨੇ ਸੋ ਮੇਰੀ ਪ੍ਰੇਰਣਾ ਤੁਸੀਂ ਸਾਰੇ ਮੈਥਡਸ ਦੇ ਨਾਲ ਆਪਣੀ ਪ੍ਰੈਕਟਿਸ ਕਰਨੀ ਹੈ ਇਹਨਾਂ ਤੁਹਾਡੀ ਪ੍ਰੈਕਟਿਸ ਚੌਗਣੀ ਹੋ ਜਾਏਗੀ ਤੇ ਤੁਹਾਨੂੰ ਇਹ ਕਯੂਬਿਕ ਇਕੁਏਸ਼ਨਸ ਦੇ ਬਾਰੇ ਜਿਹੜੀ ਪ੍ਰੈਕਟਿਸ ਹੈਗੀ ਹੈ ਉਹ ਬਹੁਤ ਵਧੀਆ ਹੋ ਜਾਏਗੀ ਤੇ ਤੁਹਾਡਾ ਕੌਨਫੀਡੈਂਸ ਬੜਾ ਤਗੜਾ ਬਿਲਡ ਅਪ ਹੋ ਜਾਏਗਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ